ਮੇਰੇ ਪਿਆਰੇ ਦੇਸ਼ਵਾਸੀਓ ਨਮਸਕਾਰ ਕੋਰੋਨਾ ਦੀ ਦੂਜੀ ਵੇਵ ਅਤੇ ਦੂਜੀ ਵੇਵ ਨਾਲ ਸਾਡੀ ਭਾਰਤ ਵਾਸੀਆਂ ਦੀ ਲੜਾਈ ਜਾਰੀ ਹੈ ਦੁਨੀਆ ਦੇ ਅਨੇਕ ਦੇਸ਼ਾਂ ਦੀ ਤਰ੍ਹਾਂ ਭਾਰਤ ਵੀ ਇਸ ਲੜਾਈ ਦੇ ਦੌਰਾਨ ਬਹੁਤ ਵੱਡੀ ਪੀੜਾ ਚੋਂ ਗੁਜ਼ਰਿਆ ਹੈ ਸਾਡੇ ਵਿੱਚੋਂ ਕਈ ਲੋਕਾਂ ਨੇ ਆਪਣੇ ਪਰਿਜਨਾਂ ਨੂੰ ਆਪਣੇ ਜਾਣਕਾਰਾਂ ਨੂੰ ਗੁਆਇਆ ਏ ਅਜਿਹੇ ਸਾਰੇ ਪਰਿਵਾਰਾਂ ਨਾਲ ਮੇਰੀਆਂ ਪੂਰੀਆਂ ਸੰਵੇਦਨਾਵਾਂ ਹਨ ਸਾਥੀਓ ਬੀਤੇ 100 ਵਰਿਆਂ ਵਿੱਚ ਬੀਤੇ 100 ਵਰਿਆਂ ਵਿੱਚ ਆਈ ਇਹ ਸਭ ਤੋਂ ਵੱਡੀ ਮਹਾਮਾਰੀ ਹੈ। ਤਰਾਸਦੀ ਹੈ। ਇਹ ਤਰਾ ਦੀ ਮਹਾਮਾਰੀ ਆਧੁਨਿਕ ਵਿਸ਼ਵ ਨੇ ਨਾ ਦੇਖੀ ਸੀ ਨਾ ਅਨੁਭਵ ਕੀਤੀ ਸੀ। ਐਨੀ ਵੱਡੀ ਵਿਸ਼ਵ ਪੱਧਰੀ ਮਹਾਮਾਰੀ ਨਾਲ ਸਾਡਾ ਦੇਸ਼ ਕਈ ਮੋਰਚਿਆਂ ਤੇ ਇਕੱਠਿਆਂ ਲੜਿਆ ਹੈ। ਕੋਵਿਡ ਹਸਪਤਾਲ ਬਣਾਉਣ ਤੋਂ ਲੈ ਕੇ ਆਈਸੀਯੂ ਬੈੱਡਾਂ ਦੀ ਸੰਖਿਆ ਵਧਾਉਣੀ ਹੋਵੇ ਭਾਰਤ ਵਿੱਚ ਵੈਂਟੀਲੇਟਰ ਬਣਾਉਣ ਤੋਂ ਲੈ ਕੇ ਟੈਸਟਿੰਗ ਲੈਬਾਂ ਦਾ ਇੱਕ ਵੱਡਾ ਨੈਟਵਰਕ ਤਿਆਰ ਕਰਨਾ ਹੋਵੇ ਕੋਵਿਡ ਨਾਲ ਲੜਨ ਲਈ ਬੀਤੇ ਸਵਾ ਸਾਲ ਵਿੱਚ ਦੇਸ਼ ਵਿੱਚ ਇੱਕ ਨਵਾਂ ਹੈਲਥ ਇਨਫਰਾਸਟ੍ਰਕਚਰ ਤਿਆਰ ਕੀਤਾ ਗਿਆ ਹੈ। ਸੈਕੰਡ ਵੇਵ ਦੇ ਦੌਰਾਨ ਅਪ੍ਰੈਲ ਅਤੇ ਮਈ ਦੇ ਮਹੀਨੇ ਵਿੱਚ ਭਾਰਤ ਵਿੱਚ ਮੈਡੀਕਲ ਆਕਸੀਜਨ ਦੀ ਡਿਮਾਂਡ ਹੈਰਾਨੀਜਨਕ ਰੂਪ ਨਾਲ ਵਧ ਗਈ ਸੀ। ਭਾਰਤ ਦੇ ਇਤਿਹਾਸ ਵਿੱਚ ਕਦੇ ਵੀ ਐਨੀ ਮਾਤਰਾ ਵਿੱਚ ਮੈਡੀਕਲ ਆਕਸੀਜਨ ਦੀ ਜ਼ਰੂਰਤ ਕਦੇ ਵੀ ਮਹਿਸੂਸ ਨਹੀਂ ਕੀਤੀ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਜੰਗੀ ਪੱਧਰ ਤੇ ਕੰਮ ਕੀਤਾ ਗਿਆ ਸਰਕਾਰ ਦੇ ਸਾਰੇ ਤੰਤਰ ਲੱਗੇ ਆਕਸੀਜਨ ਰੇਲ ਚਲਾਈ ਗਈ 에어 ਫੋਰਸ ਦੇ ਜਹਾਜ਼ਾਂ ਨੂੰ ਲਗਾਇਆ ਗਿਆ ਜਲ ਸੈਨਾ ਨੂੰ ਲਗਾਇਆ ਗਿਆ ਬਹੁਤ ਹੀ ਘੱਟ ਸਮੇਂ ਵਿੱਚ ਤਰਲ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ 10 ਗੁਣਾ ਤੋਂ ਵੱਧ ਵਧਾਇਆ ਗਿਆ ਦੁਨੀਆਂ ਦੇ ਹਰ ਕੋਨੇ ਤੋਂ ਜਿੱਥੇ ਕਿਤੇ ਵੀ ਸੀ ਜੋ ਕੁਝ ਵੀ ਉਪਲਬਧ ਹੋ ਸਕਦਾ ਸੀ ਉਸ ਨੂੰ ਪ੍ਰਾਪਤ ਕਰਨ ਦਾ ਜ਼ੋਰਦਾਰ ਯਤਨ ਕੀਤਾ ਗਿਆ ਲਿਆਂਦਾ ਗਿਆ ਇਸੇ ਤਰ੍ਹਾਂ ਜ਼ਰੂਰੀ ਦਵਾਈਆਂ ਦੇ ਉਤਪਾਦਨ ਨੂੰ ਕਈ ਗੁਣਾ ਵਧਾਇਆ ਗਿਆ ਵਿਦੇਸ਼ਾਂ ਵਿੱਚ ਜਿੱਥੇ ਵੀ ਦਵਾਈਆਂ ਉਪਲਬਧ ਹੋਣ ਉਹਨਾਂ ਨੂੰ ਉਥੋਂ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਸਾਥੀਓ ਕੋਰੋਨਾ ਵਰਗੇ ਨਾ ਨਜ਼ਰ ਆਉਣ ਵਾਲੇ ਅਤੇ ਰੂਪ ਬਦਲਣ ਵਾਲੇ ਦੁਸ਼ਮਣ ਵਿਰੁੱਧ ਲੜਾਈ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਕੋਵਿਡ ਪ੍ਰੋਟੋਕੋਲ ਹੈ ਮਾਸਕ 2 ਗਾਜ਼ ਦੀ ਦੂਰੀ ਅਤੇ ਬਾਕੀ ਸਭ ਸਾਵਧਾਨੀਆਂ ਦਾ ਪਾਲਣ ਹੀ ਹੈ ਇਸ ਲੜਾਈ ਵਿੱਚ ਵੈਕਸੀਨ ਸਾਡੇ ਲਈ ਸੁਰੱਖਿਆ ਕਵਜ ਦੀ ਤਰ੍ਹਾਂ ਹੈ ਅੱਜ ਪੂਰੇ ਵਿਸ਼ਵ ਵਿੱਚ ਵੈਕਸੀਨ ਲਈ ਜੋ ਮੰਗੇ ਉਸ ਦੀ ਤੁਲਨਾ ਵਿੱਚ ਉਤਪਾਦਨ ਕਰਨ ਵਾਲੇ ਦੇਸ਼ ਅਤੇ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਬਹੁਤ ਘੱਟ ਨੇ ਗਿਣੀਆਂ-ਮਿਣੀਆਂ ਨੇ ਕਲਪਨਾ ਕਰੋ ਕਿ ਜੇਕਰ ਸਾਡੇ ਕੋਲ ਅਜੇ ਭਾਰਤ ਵਿੱਚ ਬਣੀ ਵੈਕਸੀਨ ਨਾ ਹੁੰਦੀ ਤਾਂ ਅੱਜ ਭਾਰਤ ਵਰਗੇ ਵਿਸ਼ਾਲ ਦੇਸ਼ ਵਿੱਚ ਕੀ ਹੁੰਦਾ ਤੁਸੀਂ ਪਿਛਲੇ 50-60 ਸਾਲ ਦਾ ਇਤਿਹਾਸ ਦੇਖੋਗੇ ਤਾਂ ਪਤਾ ਚੱਲੇਗਾ ਕਿ ਭਾਰਤ ਨੂੰ ਵਿਦੇਸ਼ਾਂ ਤੋਂ ਵੈਕਸੀਨ ਹਾਸਲ ਕਰਨ ਲਈ ਦਹਾਕੇ ਲੱਗ ਜਾਂਦੇ ਸਨ ਵਿਦੇਸ਼ਾਂ ਵਿੱਚ ਵੈਕਸੀਨ ਦਾ ਕੰਮ ਪੂਰਾ ਹੋ ਜਾਂਦਾ ਸੀ ਤਦ ਵੀ ਸਾਡੇ ਦੇਸ਼ ਵਿੱਚ ਵੈਕਸੀਨੇਸ਼ਨ ਦਾ ਕੰਮ ਸ਼ੁਰੂ ਵੀ ਨਹੀਂ ਹੋ ਪਾਉਂਦਾ ਸੀ ਪੋਲੀਓ ਦੀ ਵੈਕਸੀਨ ਹੋਵੇ ਸਮਾਲ ਪੋਕਸ ਜਿਸ ਨੂੰ ਪਿੰਡਾਂ ਵਿੱਚ ਚੇਚਕ ਵੀ ਕਹਿੰਦੇ ਹਨ ਚੇਚਕ ਦੀ ਵੈਕਸੀਨ ਹੋਵੇ ਹੈਪੇਟਾਈਟਸ ਬੀ ਦੀ ਵੈਕਸੀਨ ਹੋਵੇ ਇਹਨਾਂ ਲਈ ਦੇਸ਼ਵਾਸੀਆਂ ਨੇ ਦਹਾਕਿਆਂ ਤੱਕ ਇੰਤਜ਼ਾਰ ਕੀਤਾ ਸੀ ਜਦੋਂ 2014 ਵਿੱਚ ਦੇਸ਼ਵਾਸੀਆਂ ਨੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤਾਂ ਭਾਰਤ ਵਿੱਚ ਵੈਕਸੀਨ ਦੀ ਕਵਰੇਜ 2014 ਵਿੱਚ ਭਾਰਤ ਵਿੱਚ ਵੈਕਸੀਨੇਸ਼ਨ ਦੀ ਕਵਰੇਜ ਸਿਰਫ 60% ਦੇ ਨੇੜੇ ਤੇੜੇ ਸੀ 60% ਦੇ ਨੇੜੇ ਤੇੜੇ ਸੀ ਅਤੇ ਸਾਡੀ ਨਜ਼ਰ ਵਿੱਚ ਇਹ ਬਹੁਤ ਵੱਡੀ ਚਿੰਤਾ ਦੀ ਗੱਲ ਸੀ ਜਿਸ ਰਫ਼ਤਾਰ ਨਾਲ ਭਾਰਤ ਦਾ ਟੀਕਾਕਰਨ ਪ੍ਰੋਗਰਾਮ ਚੱਲ ਰਿਹਾ ਸੀ ਉਸ ਰਫ਼ਤਾਰ ਨਾਲ ਦੇਖੋ 100% ਟਿਕਾਕਰਨ ਕਵਰੇਜ ਦਾ ਟੀਕਾ ਹਾਸਲ ਕਰਨ ਵਿੱਚ ਕਰੀਬ-ਕਰੀਬ 40 ਸਾਲ ਲੱਗ ਜਾਂਦੇ। ਅਸੀਂ ਇਸ ਸਮੱਸਿਆ ਦੇ ਹੱਲ ਲਈ ਮਿਸ਼ਨ ਇੰਦਰ ਤਨੁਸ਼ ਲਾਂਚ ਕੀਤਾ। ਅਸੀਂ ਤੈਅ ਕੀਤਾ ਕਿ ਮਿਸ਼ਨ ਇੰਦਰ ਤਨੁਸ਼ ਦੇ ਮਾਧਿਅਮ ਨਾਲ ਜੰਗੀ ਪੱਧਰ ਤੇ ਵੈਕਸੀਨੇਸ਼ਨ ਕੀਤਾ ਜਾਵੇ। ਅਤੇ ਦੇਸ਼ ਵਿੱਚ ਜਿਸ ਨੂੰ ਵੀ ਵੈਕਸੀਨ ਦੀ ਜ਼ਰੂਰਤ ਹੈ ਉਸ ਨੂੰ ਵੈਕਸੀਨ ਦੇਣ ਦਾ ਯਤਨ ਹੋਵੇਗਾ ਅਸੀਂ ਮਿਸ਼ਨ ਮੋਡ ਵਿੱਚ ਕੰਮ ਕੀਤਾ ਅਤੇ ਸਿਰਫ ਸਿਰਫ 5 6 ਸਾਲ ਵਿੱਚ ਹੀ ਵੈਕਸੀਨੇਸ਼ਨ ਕਵਰੇਜ 60 ਫੀਸ ਤੋਂ ਵਧਾ ਕੇ 90 ਫੀਸ ਤੋਂ ਵੀ ਜ਼ਿਆਦਾ ਹੋਈ 60 ਤੋਂ 90 ਭਾਵ ਅਸੀਂ ਵੈਕਸੀਨੇਸ਼ਨ ਦੀ ਰਫ਼ਤਾਰ ਵੀ ਵਧਾਈ ਅਤੇ ਘੇਰਾ ਵੀ ਵਧਾਇਆ ਅਸੀਂ ਬੱਚਿਆਂ ਨੂੰ ਕਈ ਜਾਨਲੇਵਾ ਬਿਮਾਰੀਆਂ ਤੋਂ ਬਚਾਉਣ ਲਈ ਨਵੇਂ ਟੀਕਿਆਂ ਨੂੰ ਟੀਕਾਕਰਨ ਮੁਹਿੰਮ ਦਾ ਹਿੱਸਾ ਬਣਾਇਆ ਅਸੀਂ ਇਹ ਇਸ ਲਈ ਕੀਤਾ ਕਿਉਂਕਿ ਸਾਨੂੰ ਸਾਡੇ ਆਪਣੇ ਦੇਸ਼ ਦੇ ਬੱਚਿਆਂ ਦੀ ਚਿੰਤਾ ਸੀ ਗਰੀਬ ਦੀ ਚਿੰਤਾ ਸੀ ਗਰੀਬ ਦੇ ਉਹਨਾਂ ਬੱਚਿਆਂ ਦੀ ਚਿੰਤਾ ਸੀ ਜਿਨ੍ਹਾਂ ਨੂੰ ਕਦੇ ਟੀਕਾ ਲੱਗ ਹੀ ਨਹੀਂ ਪਾਉਂਦਾ ਸੀ ਅਸੀਂ 100% ਦੇ ਟੀਕਾਕਰਨ ਕਵਰੇਜ ਵੱਲ ਵਧ ਹੀ ਰਹੇ ਸੀ ਕਿ ਕੋਰੋਨਾ ਵਾਇਰਸ ਨੇ ਸਾਨੂੰ ਘੇਰ ਲਿਆ ਦੇਸ਼ ਹੀ ਨਹੀਂ ਦੁਨੀਆ ਦੇ ਸਾਹਮਣੇ ਫੇਰ ਪੁਰਾਣੇ ਖਦਸ਼ੇ ਉਬਰਣ ਲੱਗੇ ਕਿ ਹੁਣ ਭਾਰਤ ਕਿਸ ਤਰ੍ਹਾਂ ਇੰਨੀ ਵੱਡੀ ਆਬਾਦੀ ਨੂੰ ਬਚਾ ਸਕੇਗਾ ਪਰ ਸਾਥੀਓ ਜਦ ਨੀਤ ਸਾਫ ਹੁੰਦੀ ਏ ਨੀਤੀ ਸਪਸ਼ਟ ਹੁੰਦੀ ਏ ਲਗਾਤਾਰ ਮਿਹਨਤ ਹੁੰਦੀ ਏ ਤਾਂ ਨਤੀਜੇ ਵੀ ਮਿਲਦੇ ਨੇ ਹਰ ਖਦਸ਼ੇ ਨੂੰ ਦਰ किनार ਕਰਕੇ ਭਾਰਤ ਨੇ 1 ਸਾਲ ਦੇ ਅੰਦਰ ਹੀ ਇੱਕ ਨਹੀਂ ਸਗੋਂ ਦੋ ਮੇਡ ਇਨ ਇੰਡੀਆ ਵੈਕਸੀਨ ਲਾਂਚ ਕਰ ਦਿੱਤੀਆਂ ਸਾਡੇ ਦੇਸ਼ ਨੇ ਦੇਸ਼ ਦੇ ਵਿਗਿਆਨੀਆਂ ਨੇ ਇਹ ਦਿਖਾ ਦਿੱਤਾ ਕਿ ਭਾਰਤ ਵੱਡੇ-ਵੱਡੇ ਦੇਸ਼ਾਂ ਤੋਂ ਪਿੱਛੇ ਨਹੀਂ ਹੈ ਅੱਜ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਦੇਸ਼ ਵਿੱਚ 23 ਕਰੋੜ ਤੋਂ ਜ਼ਿਆਦਾ ਵੈਕਸੀਨ ਦੀ ਖੁਰਾਕ ਦਿੱਤੀ ਜਾ ਚੁੱਕੀ ਹੈ 23 ਕਰੋੜ ਸਾਥੀਓ ਸਾਡੇ ਇੱਥੇ ਕਿਹਾ ਜਾਂਦਾ ਹੈ ਵਿਸ਼ਵਾਸੇਨ ਸਿੱਧੀ ਵਿਸ਼ਵਾਸੇਨ ਸਿੱਧੀ ਪਾਉ ਸਾਡੇ ਯਤਨਾ ਵਿੱਚ ਸਾਨੂੰ ਕਾਮਯਾਬੀ ਉਦੋਂ ਮਿਲਦੀ ਹੈ ਜਦ ਸਾਨੂੰ ਖੁਦ ਤੇ ਭਰੋਸਾ ਹੁੰਦਾ ਏ ਸਾਨੂੰ ਪੂਰਾ ਭਰੋਸਾ ਸੀ ਕਿ ਸਾਡੇ ਵਿਗਿਆਨੀ ਬਹੁਤ ਹੀ ਘੱਟ ਸਮੇਂ ਵਿੱਚ ਵੈਕਸੀਨ ਬਣਾਉਣ ਵਿੱਚ ਸਫਲਤਾ ਹਾਸਲ ਕਰ ਲੈਣਗੇ ਇਸੇ ਭਰੋਸੇ ਦੇ ਚੱਲਦਿਆਂ ਜਦ ਸਾਡੇ ਵਿਗਿਆਨੀ ਆਪਣਾ ਖੋਜ ਕਾਰਜ ਕਰ ਹੀ ਰਹੇ ਸਨ ਤਦ ਹੀ ਅਸੀਂ ਲੌਜਿਸਟਿਕ ਅਤੇ ਦੂਜੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਨ ਤੁਸੀਂ ਸਭ ਭਲੀ-ਪਾਤ ਜਾਣਦੇ ਹੋ ਕਿ ਪਿਛਲੇ ਸਾਲ ਭਾਵ ਇੱਕ ਸਾਲ ਪਹਿਲਾਂ ਪਿਛਲੇ ਸਾਲ ਅਪ੍ਰੈਲ ਵਿੱਚ ਜਦ ਕੋਰੋਨਾ ਦੇ ਕੁਝ ਹਜ਼ਾਰ ਕੇਸ ਸਨ ਉਸੇ ਸਮੇਂ ਵੈਕਸੀਨ ਟਾਸਕ ਫੋਰਸ ਦਾ ਗਠਨ ਕਰ ਦਿੱਤਾ ਗਿਆ ਸੀ ਭਾਰਤ ਵਿੱਚ ਭਾਰਤ ਲਈ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਨੇ ਹਰ ਤਰ੍ਹਾਂ ਦੀ ਸਹਾਇਤਾ ਦਿੱਤੀ। ਵੈਕਸੀਨ ਨਿਰਮਾਤਾਵਾਂ ਨੂੰ ਕਲੀਨिकल ਟਰਾਇਲ ਵਿੱਚ ਮਦਦ ਦਿੱਤੀ ਗਈ। ਖੋਜ ਅਤੇ ਵਿਕਾਸ ਲਈ ਜ਼ਰੂਰੀ ਫੰਡ ਦਿੱਤਾ ਗਿਆ। ਹਰ ਪੱਧਰ ਤੇ ਸਰਕਾਰ ਉਹਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚੱਲੀ। आत्मनिर्भर भारत पैकेज ਦੇ ਤਹਿਤ ਮਿਸ਼ਨ ਕੋਵਿਡ ਸੁਰੱਖਿਆ ਰਾਹੀ ਵੀ ਉਹਨਾਂ ਨੂੰ ਹਜ਼ਾਰਾਂ ਕਰੋੜ ਰੁਪਏ ਉਪਲਬਧ ਕਰਾਏ ਗਏ। ਪਿਛਲੇ ਕਾਫੀ ਸਮੇਂ ਤੋਂ ਦੇਸ਼ ਲਗਾਤਾਰ ਜੋ ਯਤਨ ਅਤੇ ਮਿਹਨਤ ਕਰ ਰਿਹਾ ਹੈ। ਉਹਨਾਂ ਨਾਲ ਆਉਣ ਵਾਲੇ ਦਿਨਾਂ ਵਿੱਚ ਵੈਕਸੀਨ ਦੀ ਸਪਲਾਈ ਹੋਰ ਵੀ ਜ਼ਿਆਦਾ ਵਧਣ ਵਾਲੀ ਹੈ। ਅੱਜ ਦੇਸ਼ ਵਿੱਚ 7 ਕੰਪਨੀਆਂ ਵੱਖ-ਵੱਖ ਤਰ੍ਹਾਂ ਦੀਆਂ ਵੈਕਸੀਨਜ਼ ਦਾ ਉਤਪਾਦਨ ਕਰ ਰਹੀਆਂ ਨੇ ਤਿੰਨ ਹੋਰ ਵੈਕਸੀਨਜ਼ ਦਾ ਟ੍ਰਾਇਲ ਵੀ ਐਡਵਾਂਸ ਸਟੇਜ ਤੇ ਚੱਲ ਰਿਹਾ ਏ ਵੈਕਸੀਨ ਦੀ ਉਪਲਬਧਤਾ ਵਧਾਉਣ ਲਈ ਦੂਜੇ ਦੇਸ਼ਾਂ ਦੀਆਂ ਕੰਪਨੀਆਂ ਤੋਂ ਵੀ ਵੈਕਸੀਨ ਖਰੀਦਣ ਦੀ ਪ੍ਰਕਿਰਿਆ ਨੂੰ ਤੇਜ਼ ਕੀਤਾ ਗਿਆ ਹੈ ਇਧਰ ਹਾਲ ਦੇ ਦਿਨਾਂ ਵਿੱਚ ਕੁਝ ਮਾਹਰਾਂ ਵੱਲੋਂ ਸਾਡੇ ਬੱਚਿਆਂ ਨੂੰ ਲੈ ਕੇ ਵੀ ਚਿੰਤਾ ਜਤਾਈ ਗਈ ਹੈ। ਇਸ ਦਿਸ਼ਾ ਵਿੱਚ ਵੀ ਦੋ ਵੈਕਸੀਨਸ ਦਾ ਟਰਾਇਲ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਤੋਂ ਇਲਾਵਾ ਹੁਣ ਦੇਸ਼ ਵਿੱਚ ਇੱਕ ਨੇਜ਼ਲ ਵੈਕਸੀਨ ਨੇਜ਼ਲ ਵੈਕਸੀਨ ਤੇ ਵੀ ਖੋਜ ਜਾਰੀ ਹੈ। ਇਸ ਨੂੰ ਸਰਿੰਜ ਨਾਲ ਨਾ ਦੇ ਕੇ ਨੱਕ ਵਿੱਚ ਸਪਰੇਅ ਕੀਤਾ ਜਾਵੇਗਾ ਦੇਸ਼ ਨੂੰ ਜੇਕਰ ਨੇੜ ਭਵਿਕ ਵਿੱਚ ਇਸ ਵੈਕਸੀਨ ਤੇ ਸਫਲਤਾ ਮਿਲਦੀ ਏ ਤਾਂ ਇਸ ਨਾਲ ਭਾਰਤ ਦੀ ਵੈਕਸੀਨ ਮੁਹਿੰਮ ਵਿੱਚ ਹੋਰ ਜ਼ਿਆਦਾ ਤੇਜ਼ੀ ਆਵੇਗੀ ਸਾਥੀਓ ਐਨੇ ਘੱਟ ਸਮੇਂ ਵਿੱਚ ਵੈਕਸੀਨ ਬਣਾਉਣਾ ਆਪਣੇ ਆਪ ਵਿੱਚ ਪੂਰੀ ਮਨੋਕਤਾ ਲਈ ਬਹੁਤ ਵੱਡੀ ਉਪਲਬਧੀ ਹੈ ਪਰ ਇਸ ਦੀਆਂ ਆਪਣੀਆਂ ਸੀਮਾਵਾਂ ਵੀ ਹਨ ਵੈਕਸੀਨ ਬਣਨ ਦੇ ਬਾਅਦ ਵੀ ਦੁਨੀਆ ਦੇ ਬਹੁਤ ਘੱਟ ਦੇਸ਼ਾਂ ਵਿੱਚ ਵੈਕਸੀਨੇਸ਼ਨ ਸ਼ੁਰੂ ਹੋਇਆ ਅਤੇ ਜ਼ਿਆਦਾਤਰ ਖੁਸ਼ਹਾਲ ਦੇਸ਼ਾਂ ਵਿੱਚ ਹੀ ਸ਼ੁਰੂ ਹੋਇਆ WHO ਨੇ वैक्सीनेशन ਨੂੰ ਲੈ ਕੇ ਗਾਈਡਲਾਈਨਸ ਦਿੱਤੀਆਂ ਵਿਗਿਆਨੀਆਂ ਨੇ वैक्सीनेशन ਦੀ ਰੂਪਰੇਖਾ ਰੱਖੀ ਅਤੇ ਭਾਰਤ ਨੇ ਵੀ ਜੋ ਦੂਜੇ ਦੇਸ਼ਾਂ ਦੀਆਂ ਸਰਬੋਤਮ ਪ੍ਰੈਕਟਿਸਾਂ ਸਨ ਵਿਸ਼ਵ ਸਿਹਤ ਸੰਗਠਨ WHO ਦੇ ਮਾਪਦੰਡ ਸਨ ਉਹਨਾਂ ਦੇ ਆਧਾਰ ਤੇ ਪੜਾਵਾਰ ਢੰਗ ਨਾਲ वैक्सीनेशन ਕਰਨਾ ਨਿਰਧਾਰਿਤ ਕੀਤਾ ਕੇਂਦਰ ਸਰਕਾਰ ਨੇ ਮੁੱਖ ਮੰਤਰੀਆਂ ਨਾਲ ਹੋਈਆਂ अनेਕਾਂ ਬੈਠਕਾਂ ਵਿੱਚ ਜੋ ਵੀ ਸੁਝਾਅ ਮਿਲੇ ਸੰਸਦ ਦੇ ਵੱਖ-ਵੱਖ ਦਲਾਂ ਦੇ ਸਾਥੀਆਂ ਵੱਲੋਂ ਜੋ ਸੁਝਾਅ ਮਿਲੇ ਉਸ ਦਾ ਵੀ ਪੂਰਾ ਧਿਆਨ ਰੱਖਿਆ ਇਸ ਤੋਂ ਬਾਅਦ ਹੀ ਇਹ ਤੈਅ ਹੋਇਆ ਕਿ ਜਿਨ੍ਹਾਂ ਨੂੰ ਕੋਰੋਨਾ ਤੋਂ ਜ਼ਿਆਦਾ ਖਤਰਾ ਹੈ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ ਇਸੇ ਲਈ ਹੀ ਹੈਲਥ ਵਰਕਰਸ ਫਰੰਟ ਲਾਈਨ ਵਰਕਰਸ 60 ਸਾਲ ਦੀ ਉਮਰ ਤੋਂ ਵੱਧ ਦੇ ਨਾਗਰਿਕ ਬਿਮਾਰੀਆਂ ਨਾਲ ਪੀੜਿਤ 45 ਸਾਲ ਦੀ ਉਮਰ ਤੋਂ ਵੱਧ ਦੇ ਨਾਗਰਿਕ ਇਹਨਾਂ ਸਾਰਿਆਂ ਨੂੰ ਵੈਕਸੀਨ ਪਹਿਲਾਂ ਲਗਣੀ ਸ਼ੁਰੂ ਹੋਈ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਜੇਕਰ ਕੋਰੋਨਾ ਦੀ ਦੂਜੀ ਵੇਵ ਤੋਂ ਪਹਿਲਾਂ ਸਾਡੇ ਫਰੰਟ ਲਾਈਨ ਵਰਕਰਾਂ ਨੂੰ ਵੈਕਸੀਨ ਨਾ ਲੱਗੀ ਹੁੰਦੀ ਤਾਂ ਕੀ ਹੁੰਦਾ ਸੋਚੋ ਸਾਡੇ ਡਾਕਟਰਾਂ ਨਰਸਿੰਗ ਸਟਾਫ ਨੂੰ ਵੈਕਸੀਨ ਨਾ ਲੱਗੀ ਹੁੰਦੀ ਤਾਂ ਕੀ ਹੁੰਦਾ ਹਸਪਤਾਲਾਂ ਵਿੱਚ ਸਫਾਈ ਕਰਨ ਵਾਲੇ ਸਾਡੇ ਭਰਾ ਭੈਣਾਂ ਨੂੰ ਐਂਬੂਲੈਂਸ ਦੇ ਸਾਡੇ ਡਰਾਈਵਰ ਭਰਾ ਭੈਣਾਂ ਨੂੰ ਵੈਕਸੀਨ ਨਾ ਲੱਗੀ ਹੁੰਦੀ ਤਾਂ ਕੀ ਹੁੰਦਾ ਜ਼ਿਆਦਾ ਤੋਂ ਜ਼ਿਆਦਾ ਹੈਲਥ ਵਰਕਰਾਂ ਦਾ ਵੈਕਸੀਨੇਸ਼ਨ ਹੋਣ ਦੀ ਵਜ੍ਹਾ ਨਾਲ ਹੀ ਉਹ ਨਿਸ਼ਚਿੰਤ ਹੋ ਕੇ ਦੂਜਿਆਂ ਦੀ ਸੇਵਾ ਵਿੱਚ ਲੱਗ ਸਕੇ ਲੱਖਾਂ ਦੇਸ਼ ਵਾਸੀਆਂ ਦਾ ਜੀਵਨ ਬਚਾ ਸਕੇ ਪਰ ਦੇਸ਼ ਵਿੱਚ ਘਟ ਹੁੰਦੇ ਕਰੋਨਾ ਮਾਮਲਿਆਂ ਦਰਮਿਆਨ ਕੇਂਦਰ ਸਰਕਾਰ ਸਾਹਮਣੇ ਵੱਖ-ਵੱਖ ਸੁਝਾਅ ਵੀ ਆਉਣ ਲੱਗੇ ਵੱਖ-ਵੱਖ ਮੰਗਾਂ ਹੋਣ ਲੱਗੀਆਂ ਪੁੱਛਿਆ ਜਾਣ ਲੱਗਿਆ ਸਾਬਕੋਜ ਭਾਰਤ ਸਰਕਾਰ ਹੀ ਕਿਉਂ ਤੈਅ ਕਰ ਰਹੀ ਏ ਸੂਬਾ ਸਰਕਾਰਾਂ ਨੂੰ ਛੋਟ ਕਿਉਂ ਨਹੀਂ ਦਿੱਤੀ ਜਾ ਰਹੀ ਸੂਬਾ ਸਰਕਾਰਾਂ ਨੂੰ ਲਾਕਡਾਊਨ ਦੀ ਛੋਟ ਕਿਉਂ ਨਹੀਂ ਮਿਲ ਰਹੀ ਵਨ ਸਾਈਜ਼ ਡਸ ਨਾਟ ਫਿਟ 올 ਵਰਗੀਆਂ ਗੱਲਾਂ ਵੀ ਕਹੀਆਂ ਗਈਆਂ ਦਲੀਲ ਇਹ ਵੀ ਦਿੱਤੀ ਗਈ ਕਿ ਸੰਵਿਧਾਨ ਵਿੱਚ ਕਿਉਂਕਿ ਹੈਲਥ ਆਰੋਗ્ય ਪ੍ਰਮੁੱਖ ਤੌਰ ਤੇ ਸੂਬਿਆਂ ਦਾ ਵਿਸ਼ਾ ਹੈ ਇਸ ਲਈ ਚੰਗਾ ਇਹ ਹੈ ਕਿ ਸਭ ਸੂਬੇ ਹੀ ਕਰਨ ਇਸ ਲਈ ਇਸ ਦੇਸ਼ਾ ਵਿੱਚ ਇੱਕ ਸ਼ੁਰੂਆਤ ਕੀਤੀ ਗਈ ਭਾਰਤ ਸਰਕਾਰ ਨੇ ਇੱਕ ਵਿਸਤ੍ਰਿਤ ਗਾਈਡਲਾਈਨ ਬਣਾ ਕੇ ਸੂਬਿਆਂ ਨੂੰ ਦਿੱਤੀ ਤਾਂ ਜੋ ਸੂਬੇ ਆਪਣੀ ਜ਼ਰੂਰਤ ਅਤੇ ਸਹੂਲਤ ਅਨੁਸਾਰ ਕੰਮ ਕਰ ਸਕਣ ਸਥਾਨਕ ਪਦਰਤੇ ਕੋਰੋਨਾ ਕਰਫਿਊ ਲਗਾਉਣਾ ਹੋਵੇ ਮਾਈਕਰੋ ਕਨਟੇਨਮੈਂਟ ਜ਼ੋਨ ਬਣਾਉਣਾ ਹੋਵੇ ਇਲਾਜ ਨਾਲ ਜੁੜੀਆਂ ਵਿਵਸਥਾਵਾਂ ਹੋਣ ਭਾਰਤ ਸਰਕਾਰ ਨੇ ਸੂਬਿਆਂ ਦੀਆਂ ਇਹਨਾਂ ਮੰਗਾਂ ਨੂੰ ਸਵੀਕਾਰ ਕੀਤਾ ਸਾਥੀਓ ਇਸ ਸਾਲ 16 ਜਨਵਰੀ ਤੋਂ ਸ਼ੁਰੂ ਹੋ ਕੇ ਅਪ੍ਰੈਲ ਮਹੀਨੇ ਦੇ ਅੰਤ ਤੱਕ ਭਾਰਤ ਦਾ ਵੈਕਸੀਨੇਸ਼ਨ ਪ੍ਰੋਗਰਾਮ ਮੁੱਖ ਤੌਰ ਤੇ ਕੇਂਦਰ ਸਰਕਾਰ ਦੀ ਦੇਖਰੇਖ ਵਿੱਚ ਹੀ ਚੱਲਿਆ ਸਭ ਨੂੰ ਮੁਫਤ ਵੈਕਸੀਨ ਲਗਾਉਣ ਦੇ ਰਸਤੇ ਤੇ ਦੇਸ਼ ਅੱਗੇ ਵਧ ਰਿਹਾ ਸੀ ਦੇਸ਼ ਦੇ ਨਾਗਰਿਕ ਵੀ ਅਨੁਸ਼ਾਸਨ ਦਾ ਪਾਲਣਾ ਕਰਦੇ ਹੋਏ ਆਪਣੀ ਵਾਰੀ ਆਉਣ ਤੇ ਵੈਕਸੀਨ ਲਗਵਾ ਰਹੇ ਸਨ ਇਸੇ ਦੌਰਾਨ ਕਈ ਸੂਬਾ ਸਰਕਾਰਾਂ ਨੇ ਫਿਰ ਕਿਹਾ ਕਿ ਵੈਕਸੀਨ ਦਾ ਕੰਮ ਡੀਸੈਂਟਰਲਾਈਜ਼ ਕੀਤਾ ਜਾਵੇ ਅਤੇ ਸੂਬਿਆਂ ਤੇ ਛੱਡ ਦਿੱਤਾ ਜਾਵੇ ਤਰਾਂ ਤਰਾਂ ਦੀਆਂ ਆਵਾਜ਼ਾਂ ਉੱਠੀਆਂ ਜਿਵੇਂ ਕਿ ਵੈਕਸੀਨੇਸ਼ਨ ਲਈ ਏਜ ਗਰੁੱਪ ਕਿਉਂ ਬਣਾਏ ਗਏ ਦੂਜੇ ਪਾਸੇ ਕਿਸੇ ਨੇ ਕਿਹਾ ਕਿ ਉਮਰ ਦੀ ਸੀਮਾ ਆਖਰ ਕੇਂਦਰ ਸਰਕਾਰ ਹੀ ਕਿਉਂ ਤੈਅ ਕਰੇ ਕੁਝ ਆਵਾਜ਼ਾਂ ਤਾਂ ਅਜਈਆਂ ਵੀ ਉੱਠੀਆਂ ਕਿ ਬਜ਼ੁਰਗਾਂ ਦਾ ਵੈਕਸੀਨੇਸ਼ਨ ਪਹਿਲਾਂ ਕਿਉਂ ਹੋ ਰਿਹਾ ਏ ਵੱਖ-ਵੱਖ ਤਰ੍ਹਾਂ ਦੇ ਦਬਾਅ ਵੀ ਬਣਾਏ ਗਏ ਦੇਸ਼ ਦੇ মিডিਆ ਨੇ মিডিਆ ਦੇ ਇੱਕ ਵਰਗ ਨੇ ਇਸ ਨੂੰ ਕੈਂਪੇਨ ਦੇ ਰੂਪ ਵਿੱਚ ਵੀ ਚਲਾਇਆ ਸਾਥੀਓ ਕਾਫੀ ਸੋਚ ਵਿਚਾਰ ਤੋਂ ਬਾਅਦ ਇਸ ਗੱਲ ਤੇ ਸਹਿਮਤੀ ਬਣੀ ਕਿ ਸੂਬਾ ਸਰਕਾਰਾਂ ਆਪਣੇ ਵੱਲੋਂ ਵੀ ਯਤਨ ਕਰਨਾ ਚਾਹੁੰਦੀਆਂ ਹਨ ਤਾਂ ਭਾਰਤ ਸਰਕਾਰ ਨੂੰ ਕਿਉਂ ਇਤਰਾਜ਼ ਹੋਵੇ ਅਤੇ ਭਾਰਤ ਸਰਕਾਰ ਇਹਨਾਂ ਕਿਉਂ ਕਰੇ ਸੂਬਿਆਂ ਦੀ ਇਸ ਮੰਗ ਨੂੰ ਦੇਖਦੇ ਹੋਏ ਉਹਨਾਂ ਦੀ ਅਪੀਲ ਨੂੰ ਧਿਆਨ ਵਿੱਚ ਰੱਖਦਿਆਂ 16 ਜਨਵਰੀ ਤੋਂ ਜਿਹੜੀ ਵਿਵਸਥਾ ਚੱਲੀ ਆ ਰਹੀ ਸੀ ਉਸ ਵਿੱਚ ਪ੍ਰਯੋਗ ਦੇ ਤੌਰ ਤੇ ਇੱਕ ਬਦਲਾਅ ਕੀਤਾ ਗਿਆ ਅਸੀਂ ਸੋਚਿਆ ਕਿ ਸੂਬੇ ਇਹ ਮੰਗ ਕਰ ਰਹੇ ਹਨ ਉਹਨਾਂ ਦਾ ਉਤਸ਼ਾਹ ਹੈ ਤਾਂ ਚਲੋ 25% ਕੰਮ ਉਹਨਾਂ ਦੇ ਸਪੁਰਦ ਕਰ ਦਿੱਤਾ ਜਾਵੇ ਉਹਨਾਂ ਨੂੰ ਹੀ ਦੇ ਦਿੱਤਾ ਜਾਵੇ ਸੁਭਾਵਿਕ ਹੈ 1 ਮਈ ਤੋਂ ਸੂਬਿਆਂ ਨੂੰ 25% ਕੰਮ ਉਹਨਾਂ ਦੇ ਹਵਾਲੇ ਕਰ ਦਿੱਤਾ ਗਿਆ ਉਸ ਨੂੰ ਪੂਰਾ ਕਰਨ ਲਈ ਉਹਨਾਂ ਨੇ ਆਪੋ ਆਪਣੇ ਤਰੀਕੇ ਨਾਲ ਯਤਨ ਕੀਤੇ ਐਨੇ ਵੱਡੇ ਕੰਮ ਵਿੱਚ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਆਉਂਦੀਆਂ ਨੇ ਇਹ ਵੀ ਉਹਨਾਂ ਦੇ ਧਿਆਨ ਵਿੱਚ ਆਉਣ ਲੱਗਿਆ ਉਹਨਾਂ ਨੂੰ ਪਤਾ ਲੱਗਿਆ ਪੂਰੀ ਦੁਨੀਆ ਵਿੱਚ ਵੈਕਸੀਨੇਸ਼ਨ ਦੀ ਕੀ ਸਥਿਤੀ ਹੈ ਇਸ ਸਚਾਈ ਤੋਂ ਵੀ ਸੂਬੇ ਜਾਣੂ ਹੋਏ ਅਤੇ ਅਸੀਂ ਵੇਖਿਆ ਇੱਕ ਪਾਸੇ ਮਈ ਤੋਂ ਦੂਜੀ ਵੇਵ ਦੂਜੇ ਪਾਸੇ ਵੈਕਸੀਨ ਦੇ ਲਈ ਲੋਕਾਂ ਵਿੱਚ ਵੱਧਦਾ ਰੁਝਾਨ ਅਤੇ ਤੀਜੇ ਪਾਸੇ ਸੂਬਾ ਸਰਕਾਰਾਂ ਦੀਆਂ ਮੁਸ਼ਕਲਾਂ ਮਈ ਦੇ ਦੋ ਹਫ਼ਤੇ ਬੀਤਦੇ ਬੀਤਦੇ ਹੀ ਕੁਝ ਸੂਬੇ ਖੁੱਲੇ ਦਿਲ ਨਾਲ ਇਹ ਕਹਿਣ ਲੱਗੇ ਕਿ ਪਹਿਲਾਂ ਵਾਲੀ ਵਿਵਸਥਾ ਹੀ ਚੰਗੀ ਸੀ ਹੌਲੀ ਹੌਲੀ ਇਸ ਵਿੱਚ ਕਈ ਸੂਬਾ ਸਰਕਾਰਾਂ ਜੁੜਦੀਆਂ ਚਲੀਆਂ ਗਈਆਂ ਵੈਕਸੀਨ ਦਾ ਕੰਮ ਸੂਬਿਆਂ ਤੇ ਛੱਡਿਆ ਜਾਵੇ ਜੋ ਇਸ ਦੀ ਵਕਾਲਤ ਕਰਦੇ ਸਨ ਉਹਨਾਂ ਦੇ ਵਿਚਾਰ ਵੀ ਬਦਲਣ ਲੱਗੇ ਇਹ ਇੱਕ ਚੰਗੀ ਗੱਲ ਰਹੀ ਕਿ ਸਮਾਂ ਰੰਦਿਆਂ ਸੂਬੇ ਮੋੜ ਵਿਚਾਰ ਦੀ ਮੰਗ ਨਾਲ ਫੇਰ ਅੱਗੇ ਆਏ ਸੂਬਿਆਂ ਦੀ ਇਸ ਮੰਗ ਤੇ ਅਸੀਂ ਵੀ ਸੋਚਿਆ ਕਿ ਦੇਸ਼ ਵਾਸੀਆਂ ਨੂੰ ਤਕਲੀਫ ਨਾ ਹੋਵੇ ਸੁਚਾਰੂ ਰੂਪ ਨਾਲ ਉਹਨਾਂ ਦਾ ਵੈਕਸੀਨੇਸ਼ਨ ਹੋਵੇ ਇਸ ਦੇ ਲਈ 1 ਮਈ ਤੋਂ ਪਹਿਲਾਂ ਵਾਲੀ ਭਾਵ 1 ਮਈ ਤੋਂ ਪਹਿਲਾਂ 16 ਜਨਵਰੀ ਤੋਂ ਅਪ੍ਰੈਲ ਅੰਤ ਤੱਕ ਜੋ ਵਿਵਸਥਾ ਸੀ ਪਹਿਲਾਂ ਵਾਲੀ ਪੁਰਾਣੀ ਵਿਵਸਥਾ ਨੂੰ ਫੇਰ ਤੋਂ ਲਾਗੂ ਕੀਤਾ ਜਾਵੇ ਸਾਥੀਓ ਅੱਜ ਇਹ ਫੈਸਲਾ ਲਿਆ ਗਿਆ ਹੈ ਕਿ ਸੂਬਿਆਂ ਕੋਲ ਵੈਕਸੀਨੇਸ਼ਨ ਨਾਲ ਜੁੜਿਆ ਜੋ 25 ਫੀਸਦੀ ਦਾ ਕੰਮ ਸੀ ਉਸ ਦੀ ਜ਼ਿੰਮੇਵਾਰੀ ਵੀ ਭਾਰਤ ਸਰਕਾਰ ਚੁੱਕੇਗੀ ਇਹ ਵਿਵਸਥਾ ਆਉਣ ਵਾਲੇ 2 ਹਫ਼ਤਿਆਂ ਵਿੱਚ ਲਾਗੂ ਕੀਤੀ ਜਾਵੇਗੀ ਇਹਨਾਂ 2 ਹਫ਼ਤਿਆਂ ਵਿੱਚ ਕੇਂਦਰ ਅਤੇ ਸੂਬਾ ਸਰਕਾਰਾਂ ਮਿਲ ਕੇ ਨਮੀਆਂ ਗਾਈਡਲਾਈਨਸ ਦੇ ਅਨੁਸਾਰ ਜ਼ਰੂਰੀ ਤਿਆਰੀ ਕਰ ਲੈਣਗੀਆਂ ਸੰਯੋਗ ਇਹ ਹੈ ਕਿ 2 ਹਫ਼ਤੇ ਬਾਅਦ 21 ਜੂਨ ਨੂੰ ਹੀ ਅੰਤਰਰਾਸ਼ਟਰੀ ਯੋਗ ਦਿਵਸ ਵੀ ਹੈ 21 ਜੂਨ ਸੋਮਵਾਰ ਤੋਂ ਦੇਸ਼ ਦੇ ਹਰ ਸੂਬੇ ਵਿੱਚ 18 ਵਰਿਆਂ ਤੋਂ ਉੱਪਰ ਦੀ ਉਮਰ ਦੇ ਸਾਰੇ ਹੀ ਨਾਗਰਿਕਾਂ ਲਈ ਭਾਰਤ ਸਰਕਾਰ ਸੂਬਿਆਂ ਨੂੰ ਮੁਫਤ ਵੈਕਸੀਨ ਮੁਹੱਈਆ ਕਰਵਾਏਗੀ ਵੈਕਸੀਨ ਨਿਰਮਾਤਾਵਾਂ ਤੋਂ ਕੁੱਲ ਵੈਕਸੀਨ ਉਤਪਾਦਨ ਦਾ 75 ਫੀਸਦੀ ਹਿੱਸਾ ਭਾਰਤ ਸਰਕਾਰ ਖੁਦ ਹੀ ਖਰੀਦ ਕੇ ਸੂਬਾ ਸਰਕਾਰਾਂ ਨੂੰ ਮੁਫਤ ਦੇਵੇਗੀ ਭਾਅ ਦੇਸ਼ ਦੀ ਕਿਸੇ ਵੀ ਸੂਬਾ ਸਰਕਾਰ ਨੂੰ ਵੈਕਸੀਨ ਤੇ ਕੁਝ ਵੀ ਖਰਚ ਨਹੀਂ ਕਰਨਾ ਪਵੇਗਾ ਹੁਣ ਤੱਕ ਦੇਸ਼ ਦੇ ਕਰੋੜਾਂ ਲੋਕਾਂ ਨੂੰ ਮੁਫਤ ਵੈਕਸੀਨ ਮਿਲੀ ਹੈ ਹੁਣ 18 ਸਾਲ ਦੀ ਉਮਰ ਦੇ ਲੋਕ ਵੀ ਇਸ ਵਿੱਚ ਜੁੜ ਜਾਣਗੇ ਸਾਰੇ ਦੇਸ਼ ਵਾਸੀਆਂ ਲਈ ਭਾਰਤ ਸਰਕਾਰ ਹੀ ਮੁਫਤ ਵੈਕਸੀਨ ਉਪਲਬਧ ਕਰਵਾਏਗੀ ਗਰੀਬ ਹੋਣ ਹੇਠਲੇ ਮੱਧ ਵਰਗ ਹੋਣ ਮੱਧ ਵਰਗ ਹੋਣ ਜਾਂ ਫਿਰ ਉੱਚ ਵਰਗ ਭਾਰਤ ਸਰਕਾਰ ਦੀ ਮੁਹਿੰਮ ਵਿੱਚ ਮੁਫਤ ਵੈਕਸੀਨ ਹੀ ਲਗਾਈ ਜਾਵੇਗੀ ਹਾਂ ਜੋ ਵਿਅਕਤੀ ਮੁਫਤ ਵਿੱਚ ਵੈਕਸੀਨ ਨਹੀਂ ਲਗਵਾਉਣਾ ਚਾਹੁੰਦੇ ਪ੍ਰਾਈਵੇਟ ਹਸਪਤਾਲ ਵਿੱਚ ਵੈਕਸੀਨ ਲਗਵਾਉਣਾ ਚਾਹੁੰਦੇ ਹਨ ਉਹਨਾਂ ਦਾ ਵੀ ਧਿਆਨ ਰੱਖਿਆ ਗਿਆ ਹੈ ਦੇਸ਼ ਵਿੱਚ ਬਣ ਰਹੀ ਵੈਕਸੀਨ ਵਿੱਚੋਂ 25% प्राइवेट सेक्टर ਦੇ ਹਸਪਤਾਲ ਸਿੱਧੇ ਤੌਰ ਤੇ ਲੈ ਸਕਣ ਇਹ ਵਿਵਸਥਾ ਜਾਰੀ ਰਹੇਗੀ ਪ੍ਰਾਈਵੇਟ ਹਸਪਤਾਲ ਵੈਕਸੀਨ ਦੀ ਨਿਰਧਾਰਤ ਕੀਮਤ ਤੋਂ ਬਾਅਦ ਇੱਕ ਡੋਜ਼ ਤੇ ਵੱਧ ਤੋਂ ਵੱਧ 150 ਰੁਪਏ ਹੀ ਸਰਵਿਸ ਚਾਰਜ ਲੈ ਸਕਣਗੇ ਇਸ ਦੀ ਨਿਗਰਾਨੀ ਕਰਨ ਦਾ ਕੰਮ ਸੂਬਾ ਸਰਕਾਰਾਂ ਕੋਲ ਹੀ ਰਹੇਗਾ ਸਾਥੀਓ ਸਾਡੇ ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਪ੍ਰਾਪੈ ਆਪਦਮ ਨ ਵਿਅਥਤੇ ਕਦਾਚਿਤ ਉਦਯੋਗਮ ਅਨੁ ਇਛਤੀ ਚਾ ਪ੍ਰਾਮਤਬ ਅਰਥਾਤ ਜੇਤੂ ਸੰਕਟ ਆਉਣ ਤੇ ਉਸ ਤੋਂ ਪਰੇਸ਼ਾਨ ਹੋ ਕੇ ਹਾਰ ਨਹੀਂ ਮੰਨਦੇ ਸਾਗੋਂ ਉੱਦਮ ਕਰਦੇ ਨੇ ਮਿਹਨਤ ਕਰਦੇ ਨੇ ਅਤੇ ਹਾਲਾਤ ਤੇ ਜਿੱਤ ਹਾਸਲ ਕਰਦੇ ਨੇ ਕੋਰੋਨਾ ਨਾਲ ਲੜਾਈ ਵਿੱਚ 130 ਕਰੋੜ ਤੋਂ ਵੱਧ ਭਾਰਤੀਆਂ ਨੇ ਹੁਣ ਤੱਕ ਦੀ ਯਾਤਰਾ ਆਪਸੀ ਸਹਿਯੋਗ ਦਿਨ ਰਾਤ ਮਿਹਨਤ ਕਰਕੇ ਤੈਅ ਕੀਤੀ ਹੈ ਅੱਗੇ ਵੀ ਸਾਡਾ ਰਸਤਾ ਸਾਡੀ ਮਿਹਨਤ ਅਤੇ ਸਹਿਯੋਗ ਨਾਲ ਹੀ ਮਜ਼ਬੂਤ ਹੋਵੇਗਾ ਅਸੀਂ ਵੈਕਸੀਨ ਹਾਸਲ ਕਰਨ ਦੀ ਰਫ਼ਤਾਰ ਵੀ ਵਧਾਵਾਂਗੇ ਅਤੇ ਵੈਕਸੀਨੇਸ਼ਨ ਮੁਹਿੰਮ ਨੂੰ ਹੋਰ ਵੀ ਗਤੀ ਦੇਵਾਂਗੇ ਆਪਾਂ ਯਾਦ ਰੱਖਣਾ ਹੈ ਕਿ ਭਾਰਤ ਵਿੱਚ ਵੈਕਸੀਨੇਸ਼ਨ ਦੀ ਰਫ਼ਤਾਰ ਅੱਜ ਵੀ ਦੁਨੀਆ ਵਿੱਚ ਬਹੁਤ ਤੇਜ਼ ਹੈ ਕਈ ਵਿਕਸਿਤ ਦੇਸ਼ਾਂ ਤੋਂ ਵੀ ਤੇਜ਼ ਹੈ ਅਸੀਂ ਜਿਹੜਾ ਟੈਕਨੋਲੋਜੀ ਪਲੇਟਫਾਰਮ ਬਣਾਇਆ ਹੈ ਕੋਵਿਨ ਉਸ ਦੀ ਵੀ ਪੂਰੀ ਦੁਨੀਆ ਵਿੱਚ ਚਰਚਾ ਹੋ ਰਹੀ ਏ ਅਨੇਕ ਦੇਸ਼ਾਂ ਨੇ ਭਾਰਤ ਦੇ ਇਸ ਪਲੇਟਫਾਰਮ ਨੂੰ ਇਸਤੇਮਾਲ ਕਰਨ ਵਿੱਚ ਦਿਲਚਸਪੀ ਵੀ ਦਿਖਾਈ ਏ ਆਪਾਂ ਸਭ ਦੇਖ ਰਹੇ ਹਾਂ ਕਿ ਵੈਕਸੀਨ ਦੀ ਇੱਕ ਇੱਕ ਡੋਜ਼ ਕਿੰਨੀ ਮਹੱਤਵਪੂਰਨ ਹੈ ਹਰ ਡੋਜ਼ ਨਾਲ ਇੱਕ ਜ਼ਿੰਦਗੀ ਜੁੜੀ ਹੋਈ ਹੈ ਕੇਂਦਰ ਸਰਕਾਰ ਨੇ ਇਹ ਵਿਵਸਥਾ ਵੀ ਬਣਾਈ ਹੈ ਕਿ ਹਰ ਸੂਬੇ ਨੂੰ ਕੁਝ ਹਫ਼ਤੇ ਪਹਿਲਾਂ ਹੀ ਦੱਸ ਦਿੱਤਾ ਜਾਵੇਗਾ ਕਿ ਉਸ ਨੂੰ ਕਦੋਂ ਕਿੰਨੀ ਡੋਜ਼ ਮਿਲਣ ਵਾਲੀ ਹੈ ਮਨੁੱਖਤਾ ਦੇ ਇਸ ਪਵਿੱਤਰ ਕੰਮ ਵਿੱਚ ਵਾਦ ਵਿਵਾਦ ਅਤੇ ਰਾਜਨੀਤਿਕ ਨੁਕਤਾਚੀਨੀ ਨੂੰ ਕੋਈ ਵੀ ਚੰਗਾ ਨਹੀਂ ਮੰਨਦਾ ਹੈ वैक्सीन दी उपलब्धता ਦੇ ਅਨੁਸਾਰ ਪੂਰੇ ਅਨੁਸ਼ਾਸਨ ਨਾਲ ਵੈਕਸੀਨ ਲਗਦੀ ਰਹੇ ਦੇਸ਼ ਦੇ ਹਰ ਨਾਗਰਿਕ ਤੱਕ ਅਸੀਂ ਪਹੁੰਚ ਸਕੀਏ ਇਹ ਹਰ ਸਰਕਾਰ ਹਰ ਜਨ ਪ੍ਰਤੀਨਿਧੀ ਹਰ ਪ੍ਰਸ਼ਾਸਨ ਦੀ ਸਮੂਹਿਕ ਜ਼ਿੰਮੇਵਾਰੀ ਹੈ ਪਿਆਰੇ ਦੇਸ਼ ਵਾਸੀਓ ਪੀਕਾ ਕਰਨ ਤੋਂ ਇਲਾਵਾ ਅੱਜ ਇੱਕ ਹੋਰ ਵੱਡੇ ਫੈਸਲੇ ਜਿਸ ਤੋਂ ਮੈਂ ਤੁਹਾਨੂੰ ਜਾਣੂ ਕਰਾਉਣਾ ਚਾਹੁੰਦਾ ਹਾਂ ਪਿਛਲੇ ਵਰੇ ਜਦੋਂ ਕੋਰੋਨਾ ਦੇ ਕਾਰਨ ਲਾਕਡਾਊਨ ਲਗਾਉਣਾ ਪਿਆ ਸੀ ਤਾਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਦੇ ਤਹਿਤ 8 ਮਹੀਨੇ ਤੱਕ 80 ਕਰੋੜ ਤੋਂ ਵੱਧ ਦੇਸ਼ ਵਾਸੀਆਂ ਨੂੰ ਮੁਫਤ ਰਾਸ਼ਨ ਦੀ ਵਿਵਸਥਾ ਦੇਸ਼ ਨੇ ਕੀਤੀ ਸੀ ਇਸ ਸਾਲ ਵੀ ਦੂਜੀ ਵੇਵ ਦੇ ਕਾਰਨ ਮਈ ਅਤੇ ਜੂਨ ਦੇ ਲਈ ਵੀ ਇਸ ਯੋਜਨਾ ਦਾ ਵਿਸਥਾਰ ਕੀਤਾ ਗਿਆ ਅੱਜ ਸਰਕਾਰ ਨੇ ਫੈਸਲਾ ਲਿਆ ਹੈ ਕਿ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨ ਯੋਜਨਾ ਨੂੰ ਹੁਣ ਦੀਵਾਲੀ ਤੱਕ ਅੱਗੇ ਵਧਾਇਆ ਜਾਵੇਗਾ ਮਹਾਮਾਰੀ ਦੇ ਇਸ ਸਮੇਂ ਵਿੱਚ ਸਰਕਾਰ ਗਰੀਬ ਦੀ ਹਰ ਜ਼ਰੂਰਤ ਦੇ ਨਾਲ ਉਸ ਦਾ ਸਾਥੀ ਬਣ ਕੇ ਖੜੀ ਹੈ ਭਾਵ ਨਵੰਬਰ ਤੱਕ 80 ਕਰੋੜ ਤੋਂ ਵੱਧ ਦੇਸ਼ ਵਾਸੀਆਂ ਨੂੰ ਹਰ ਮਹੀਨੇ ਨਿਰਧਾਰਤ ਮਾਤਰਾ ਵਿੱਚ ਮੁਫਤ ਅਨਾਜ ਉਪਲਬਧ ਹੋਵੇਗਾ ਇਸ ਯੋਜਨਾ ਦਾ ਮਕਸਦ ਇਹੋ ਹੈ ਕਿ ਮੇਰੇ ਕਿਸੇ ਵੀ ਗਰੀਬ ਭਰਾ ਭੈਣ ਨੂੰ ਉਸ ਦੇ ਪਰਿਵਾਰ ਨੂੰ ਖੁੱਖਾ ਸੌਣਾ ਨਾ ਪਵੇ ਸਾਥੀਓ ਦੇਸ਼ ਵਿੱਚ ਹੋ ਰਹੇ ਇਹਨਾਂ ਯਤਨਾ ਦਰਮਿਆਨ ਕਈ ਖੇਤਰਾ ਵਿੱਚ ਵੈਕਸੀਨ ਨੂੰ ਲੈ ਕੇ ਖਦਸ਼ੇ ਅਤੇ ਅਫਵਾਹਾਂ ਦੀ ਜਾਣਕਾਰੀ ਚਿੰਤਾ ਵਧਾਉਂਦੀ ਹੈ ਇਹ ਚਿੰਤਾ ਵੀ ਮੈਂ ਤੁਹਾਡੇ ਸਾਹਮਣੇ ਵਿਅਕਤ ਕਰਨਾ ਚਾਹੁੰਦਾ ਹਾਂ ਜਦੋਂ ਤੋਂ ਭਾਰਤ ਵਿੱਚ ਵੈਕਸੀਨ ਤੇ ਕੰਮ ਸ਼ੁਰੂ ਹੋਇਆ ਉਦੋਂ ਤੋਂ ਹੀ ਕੁਝ ਲੋਕਾਂ ਵੱਲੋਂ ਅਜਈਆਂ ਗੱਲਾਂ ਕਈਆਂ ਗਈਆਂ ਜਿਨ੍ਹਾਂ ਨਾਲ ਆਮ ਲੋਕਾਂ ਦੇ ਦਿਲਾਂ ਵਿੱਚ ਸ਼ੱਕ ਪੈਦਾ ਹੋਵੇ ਕੋਸ਼ਿਸ਼ ਇਹ ਵੀ ਹੋਈ ਕਿ ਭਾਰਤ ਦੇ ਵੈਕਸੀਨ ਨਿਰਮਾਤਾਵਾਂ ਦੇ ਹੌਸਲੇ ਟੁੱਟ ਜਾਣ ਅਤੇ ਉਹਨਾਂ ਸਾਹਮਣੇ ਕਈ ਤਰ੍ਹਾਂ ਦੀਆਂ ਰੁਕਾਵਟਾਂ ਆਉਣ ਜਦ ਭਾਰਤ ਦੀ ਵੈਕਸੀਨ ਆਈ ਤਾਂ ਅਨੇਕ ਮਾਧਿਅਮਾਂ ਰਾਹੀਂ ਖਦਸ਼ਿਆਂ ਅਤੇ ਸ਼ੱਕ ਨੂੰ ਹੋਰ ਵਧਾਇਆ ਗਿਆ ਵੈਕਸੀਨ ਨਾ ਲਗਵਾਉਣ ਲਈ ਭਾਤ ਭਾਤ ਦੇ ਤਰਕ ਪ੍ਰਚਾਰਿਤ ਕੀਤੇ ਗਏ ਇਹਨਾਂ ਨੂੰ ਵੀ ਦੇਸ਼ ਵੇਖ ਰਿਹਾ ਹੈ ਜੋ ਲੋਕ ਵੈਕਸੀਨ ਨੂੰ ਲੈ ਕੇ ਖਦਸ਼ੇ ਪੈਦਾ ਕਰ ਰਹੇ ਨੇ ਅਫਵਾਹਾਂ ਫੈਲਾ ਰਹੇ ਨੇ ਉਹ ਪੋੜੇ ਪਾਲੇ ਭਰਾ ਭੈਣਾਂ ਦੇ ਜੀਵਨ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਨੇ ਆਜਾਈਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਮੈਂ ਵੀ ਆਪ ਸਭ ਨੂੰ ਸਮਾਜ ਦੇ ਮੋਢੀ ਲੋਕਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦਾ ਹਾਂ ਕਿ ਉਹ ਵੀ ਵੈਕਸੀਨ ਨੂੰ ਲੈ ਕੇ ਜਾਗਰੂਕਤਾ ਵਧਾਉਣ ਵਿੱਚ ਸਹਿਯੋਗ ਕਰਨ ਹੁਣ ਕਈ ਥਾਵਾਂ ਤੇ ਕੋਰੋਨਾ ਕਰਫਿਊ ਵਿੱਚ ਢਿੱਲ ਦਿੱਤੀ ਜਾ ਰਹੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਡੇ ਵਿੱਚੋਂ ਕੋਰੋਨਾ ਚਲਿਆ ਗਿਆ ਹੈ ਆਪਾਂ ਸਾਵਧਾਨ ਵੀ ਰਹਿਣਾ ਹੈ ਅਤੇ ਕੋਰੋਨਾ ਤੋਂ ਬਚਾ ਦੇ ਨਿਯਮਾਂ ਦਾ ਵੀ ਸਖਤੀ ਨਾਲ ਪਾਲਣ ਕਰਦੇ ਰਹਿਣਾ ਹੈ ਮੈਨੂੰ ਪੂਰਾ ਭਰੋਸਾ ਹੈ ਆਪਾਂ ਸਭ ਕੋਰੋਨਾ ਤੋਂ ਇਸ ਜੰਗ ਵਿੱਚ ਜਿੱਤਾਂਗੇ ਭਾਰਤ ਕੋਰੋਨਾ ਤੋਂ ਜਿੱਤੇਗਾ ਇਨ੍ਹਾਂ ਹੀ ਸ਼ੁਭਕਾਮਨਾਵਾਂ ਦੇ ਨਾਲ ਆਪ ਸਭ ਦੇਸ਼ਵਾਸੀਆਂ ਦਾ ਬਹੁਤ ਬਹੁਤ ਧੰਨਵਾਦ